ਰਖ ਮਹਿਤਾ ਜਿਹੜੇ ਸਿੰਘ ਮਹਿਤਾ ਫੈਸਲਾਬਾਦ ਦੇ ਵਿੱਚ ਚੰਗੇ ਭਲੇ ਵਸੇ ਦੇਸਾਂ ਚੰਗੇ ਕਾਰੀ ਵਾਰਸੀ ਸਨ 47 ਵਿੱਚ ਐਸੀ ਪਈ ਮਾਰਸੀ ਬਚਪਨ ਵਾਲਾ ਯਾਰ ਨਾ ਸਿਰ ਮਿਲਾ ਦੇ ਫਿਰ ਮੈਨੂੰ ਪੁੱਤਰਾ ਲਾਹੌਰ ਤਾਂ ਵਿਖਾ ਦੇ ਓਏ ਫਿਰ ਮੈਨੂੰ ਪੁੱਤਰਾ ਲਾਹੌਰ ਤਾਂ ਵਿਖਾ ਦੇ ਓਏ ਫਿਰ ਮੈਨੂੰ ਪੁੱਤਰਾ ਲਾਹੌਰ ਤਾਂ ਵਿਖਾ ਦੇ ਓਏ ਡੁੱਲਿਆ ਸੀ ਖੂਨ ਜਿੱਥੇ ਮੇਰੇ ਪਰਿਵਾਰ ਦਾ ਅੱਖੀ ਵੇਖ ਲਾਸ਼ਾਂ ਛੱਡੀ ਆਇਆ ਤਾਂ ਮਾਰਦਾ ਬੂਟਾ ਤੇ ਇਹ ਕਿਹੜਾ ਪਿੰਡ ਹੈ ਜਿੱਥੇ ਆਪਾਂ ਬੈਠੇ ਹਾਂ
ਤ੍ਰੇਠ ਚੱਕ ਮਹਿਤਾ ਫੈਸਲਾਬਾਦ ਦੇ ਵਿੱਚ ਫੈਸਲਾਬਾਦ ਪੁਰਾਣਾ ਨਾਂ ਲੈਲਪੁਰ ਹਾਂ ਪੁਰਾਣਾ ਨਾਂ ਲੈਲਪੁਰ ਮੁੜ ਕੇ ਫੈਸਲਾਬਾਦ ਬਣਿਆ ਅੱਛਾ ਅੱਛਾ ਘਰ ਵਾਲਿਆਂ ਨੇ ਆਣ ਕੇ ਫੈਸਲਾਬਾਦ ਨਾਂ ਰੱਖਿਆ ਅਤੇ ਕਿੰਨੀ ਲੈਲਪੁਰ ਸੀ ਅੱਛਾ ਅੱਛਾ ਨਾ ਉਮਰ ਕਿੰਨੀ ਤੁਹਾਡੀ ਮੇਰੀ ਉਮਰ ਜਦੋਂ ਜਾੜੇ ਪਏ ਆ ਹਾਂਜੀ ਉਦੋਂ 23 ਸਾਲ ਦੀ ਸੀ ਜਵਾਨ ਸੋ ਹਾਂ ਜਵਾਨ ਸੀ ਸ਼ਾਦੀ ਹੋਈ ਸੀ ਦੋ ਬੱਚੇ ਵੀ ਸੀ ਕਿੱਥੇ ਸ਼ਾਦੀ ਹੋਈ ਸੀ ਇੱਥੇ ਉਣੱਤੀ ਵਿੱਚ ਉਣੱਤੀ ਜੇ ਆਮੀਪੁਰ ਰੋਡ 'ਤੇ ਹਾਂ ਠੀਕ ਹੈ ਅਤੇ ਕਿਹੜੀ ਬਰਾਦਰੀ ਕਿਹੜੀ ਤੁਹਾਡੀ ਮੋਚੀ ਅੱਛਾ ਮੋਚੀ ਮੋਚੀ ਅਤੇ ਕਸਬੇਦਾਰ ਜੀ ਇਸ ਪਿੰਡ ਦੇ ਹਾਂਜੀ ਕਸਬੇਦਾਰ ਸ਼ੁਰੂ ਤੋਂ ਹੀ ਜਦੋਂ ਇਹ ਜ਼ਮੀਨ ਆਬਾਦ ਹੋਈ ਆ ਨਾ ਹਾਂਜੀ ਪਿੰਡ ਦੇ ਸਾਡੇ ਸਾਰੇ ਮਹਿਤੇ ਦੇ ਸਿੱਖ ਸੀ ਇੱਥੇ ਹਾਂਜੀ ਉਹ ਸਾਡੇ ਦਾਦੇ ਦੇ ਨਾਲ ਉਹ ਸਾਡਾ ਦਾਦਾ ਉੱਥੋਂ ਆਇਆ ਅਤੇ ਉਹਨੂੰ ਨਾਲ ਲੈ ਕੇ ਜ਼ਮੀਨ ਉਹ ਉੱਧਰਲੇ ਮਹਿਤੇ ਤੋਂ ਆਏ ਸੀ ਉੱਧਰਲੇ ਮਹਿਤੇ ਕੋਈ ਕਿਹੜੇ ਜ਼ਿਲ੍ਹੇ 'ਚ ਪਿਛਲੇ ਮਹਿਤੇ ਕੋਈ ਅੰਮ੍ਰਿਤਸਰ ਅੰਮ੍ਰਿਤਸਰ 'ਚ ਅੱਛਾ ਅੱਛਾ ਤੁਹਾਡੇ ਸਾਨੂੰ ਤਾਂ ਪਤਾ ਨਹੀਂ ਅਸੀਂ ਤਾਂ ਗਏ ਨਹੀਂ ਅੱਛਾ ਸਾਡੇ ਬਜ਼ੁਰਗ ਹੀ ਆਏ ਸੀ ਉੱਧਰੋਂ ਅਤੇ ਅੱਬਾ ਜੀ ਦਾ ਕੀ ਨਾਂ ਤੁਹਾਡੇ ਦਾ ਹਾਂਜੀ ਅੱਬਾ ਜੀ ਦਾ ਕੀ ਨਾਂ ਦੀਨ ਮਾਹੁਨ ਇੱਥੇ ਜਿਹੜੇ ਬੈਠੇ ਸੀ ਆਪਣੇ ਪਿੰਡ ਦੇ ਵਿੱਚ ਸਰਦਾਰ ਜਿਹੜੇ ਬੈਠੇ ਸੀ ਹਾਂਜੀ ਜਿਹੜੇ ਆਪਣੇ ਪਿੰਡ ਇੱਥੇ ਸਰਦਾਰ ਰਹਿੰਦੇ ਸੀ ਆਹੋ ਜਿਹਨਾਂ ਨਾਲ ਜਿਹਨਾਂ ਦੱਸਦੇ ਜੀ ਜ਼ਮੀਨ ਉਹਨਾਂ ਆਬਾਦ ਕੀਤੀ ਸੀ ਕਿਹੜਾ ਕਿਹੜਾ ਸੀ ਘਰ ਇੱਥੇ ਇਹ ਸਾਰਾ ਪਿੰਡ ਹੀ ਉਹਨਾਂ ਦਾ ਨਾਮ ਸੌ ਪ੍ਰਤਾਪ ਸੌ ਹਾਂਜੀ ਸੰਤਾ ਸੌ ਠੀਕ ਹੈ ਚੇਤਰ ਸੌ ਮੱਗਰ ਸੌ ਕਿਹੜੀ ਸੀ ਬਰਾਦਰੀ ਇਹਨਾਂ ਦੀ ਹੈਂ ਬਰਾਦਰੀ ਕਿਹੜੀ ਸੀ ਇਹ ਸਿੱਖ ਹੀ ਉਸ ਦੇ ਅੰਮ੍ਰਿਤਸਰ ਗਏ ਸਨ ਸਦਾਉਂ ਦੇ ਹੋਰ ਮੈਨੂੰ ਪਤਾ ਨਹੀਂ ਵੀ ਕੀ ਉਹਨਾਂ ਦੀ ਗੋਦ ਕੀ ਹੈ ਗੋਦ ਦਾ ਨਹੀਂ ਪਤਾ ਗੋਦ ਦਾ ਨਹੀਂ ਪਤਾ ਅਤੇ ਲੰਬੜਦਾਰ ਕਿਹੜਾ ਸੀ ਨੰਬਰਦਾਰ ਜਾਗਰ ਸੌਂ ਤਾਂ ਪਹਿਲਾਂ ਜਾਗਰ ਸੌਂ ਸੀ ਹਾਂਜੀ ਮੁੜ ਕੇ ਉਹਦਾ ਪਿਓ ਮਰ ਗਿਆ ਮੁੜ ਕੇ ਸੁਦਾਗਰ ਸੌਂ ਉਹਦੇ ਛੋਟੇ ਕੋਲ ਆ ਗਈ ਪਿਓ ਮਰ ਗਿਆ ਫਿਰ ਉਹਦਾ ਭਤੀਜਾ ਉਹਦਾ ਪੁੱਤ ਦੀਪੂ ਹੋਈ ਪਿਓ ਉਹਦੇ ਕੋਲ ਆ ਗਈ ਦੀਪੂ ਕੋਲ ਆ ਗਈ ਹਾਂ ਤਿੰਨੀ ਤਾਂ ਨੰਬਰਦਾਰੀ ਛੱਡੇ ਹੁੰਦੇ ਆਈ ਇੱਥੇ ਪਿੰਡ 'ਚ ਜੋ ਸਰਦਾਰ ਸੀ ਸਾਰੇ ਫਿਰ ਗੁਰਦੁਆਰਾ ਵੀ ਹੋਣਾ ਵਾ ਹੈਗਾ ਹਲੇ ਵੀ ਹੈਗਾ ਵਾ ਅੱਜ ਇੱਥੇ ਮਸਜਿਦ ਬਣੀ ਆ ਮਸਜਿਦ ਵਾਲੀ ਇੱਥੇ ਮਸਜਿਦ ਬਣੀ ਆ ਸਾਡੀ ਹਾਂਜੀ ਇਹ ਸੀ ਇੱਥੇ ਹੀ ਸੀ ਇੱਥੇ ਸੀਗਾ ਇੱਥੇ ਗੁਰਦੁਆਰਾ ਉਹ ਪਰਾ ਸਾਡੇ ਕਸਬੇ ਵੱਲ ਸੀ ਹਾਂਜੀ ਉਹ ਉਹਨਾਂ ਲਲਾਮ ਕਰਕੇ ਅਤੇ ਮੁੜ ਕੇ ਇਹਨਾਂ ਇੱਥੇ ਪਾਇਆ ਸਾਡੇ ਮਸਜਿਦ ਸੀ ਸਾਡੇ ਮਸਜਿਦ ਸ਼ੁਰੂ ਤੋਂ ਹੀ ਸੀਤ ਅੱਛਾ ਅੱਛਾ ਇਹ ਪਹਿਲੋਂ ਤੋਂ ਹੈਗੀ ਸੀ ਪਹਿਲੋਂ ਤਾਂ ਹੀ ਠੀਕ ਸ਼ਾਹ ਸਾਹਿਬ ਸੀਗੇ ਸਈਦ ਉਹਨਾਂ ਨੇ ਉੱਥੇ ਪਾਈ ਅੱਛਾ ਇੱਥੋਂ ਸਾਡੇ ਪਿੰਡ ਮਸਜਿਦ ਸੀ ਹੋਰ ਅਲੱਗ ਅਲੱਗ ਪਿੰਡਾਂ 'ਚ ਮਸਜਿਦ ਕਿਤੇ ਸੀ ਇਹਨਾਂ ਜਦੋਂ ਤੁਸੀਂ ਕਸਬੇਦਾਰਾਂ ਦੇ ਘਰ ਸੀ ਮਸਜਿਦ ਫਿਰ ਆਪ ਪਾਈ ਸੀ ਤੁਸੀਂ ਹਾਂ ਕਿੰਨੇ ਘਰ ਸੀ ਕਸਬੇਦਾਰਾਂ ਦੇ ਉਦੋਂ ਹੈਗੇ ਸੀ 18-19 ਸਾਰੇ ਆਪੇ ਪਾਈ ਸੀ ਹਾਂ ਮੁਸਲਮਾਨਾਂ ਦੇ ਬਰਵਾਲੇ ਤੇਲੀ ਮੋਚੀ ਘੁਮਾਰ ਹਾਂਜੀ ਹਾਂ ਇਹ ਸਾਰੇ ਇਕੱਠੇ ਸੀਗੇ ਰਹਿੰਦੇ ਸੀ ਹਾਂਜੀ ਹਾਂਜੀ ਇਹ ਸਾਰੇ ਮਹਿਤੇ ਦੇ ਸੀ ਪਿੱਛੋਂ ਅੱਛਾ ਅੱਛਾ ਸਾਰੇ ਮਹਿਤੇ ਦੇ ਸਾਰੇ ਮਹਿਤੇ ਆਏ ਸੀਗੇ ਉੱਠ ਕੇ ਹਾਂਜੀ 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 ਧੋਬਿਆਂ ਦਾ ਘਰ ਹੈ ਇੱਕ ਹਾਂਜੀ ਦਰਜੀਆਂ ਦਾ ਇਹਨਾਂ ਦਾ ਕਿਵੇਂ ਸੀ ਜਿਹੜੇ ਇੱਥੋਂ ਉੱਠ ਕੇ ਗਏ ਨੇ ਉਹਨਾਂ ਦਾ ਕਸਬੇਦਾਰਾਂ ਨਾਲ ਕਿਵੇਂ ਦਾ ਮੇਲ ਵਰਤਾਅ ਸੀ ਉਹਦਾ ਮੇਲ ਵਰਤਾਅ ਨਾ ਉਹ ਸਾਨੂੰ ਕੁਝ ਆਉਂਦੇ ਨਾ ਅਸੀਂ ਉਹਨਾਂ ਨੂੰ ਕੋਈ ਜਦੋਂ ਛੇੜਖਾਨੀ ਕਰਦੇ ਸੀ ਉਦੋਂ ਉਹਨਾਂ ਨੂੰ ਆਖੀਦਾ ਕਿ ਆ ਜਾਓ ਸਾਡੇ ਬੰਦੇ ਜ਼ੋਰਾਵਰ ਸੀ ਉਹਨਾਂ ਨੂੰ ਹਾਂ ਫਿਰ ਚੂੜਿਆਂ ਦੇ 18-19 ਘਰ ਚੁਮਾਰਾਂ ਦੇ ਸੀਗੇ 12-13 ਘਰ ਉਹ ਵੀ ਚਲੇ ਗਏ ਨਾਲ ਚੀਰ ਹਿੰਦੂ ਵੀ ਸੀਗੇ ਜਿੰਨਾ ਸਾਡਾ ਕਸਬਾ ਸੀ ਨਾ ਹਿੰਦੂਆਂ ਦਾ ਚੂੜੇ ਦਾ ਚੁਮਾਰਾਂ ਦਾ ਮੁਸਲਮਾਨਾਂ ਦਾ ਸਾਰਾ ਇੱਕੋ ਲੈਣ ਵਿੱਚ ਸੀ ਹਿੰਦੂਆਂ ਦਾ ਕਿਹੜਾ ਘਰ ਸੀ ਉਹਦਾ ਨਾਂ ਯਾਦ ਹੈ ਚੀਰ ਦਾ ਹੈਂ ਹਿੰਦੂਆਂ ਦਾ ਜਿਹੜਾ ਸੀ ਘਰ ਉਹਦਾ ਨਾਂ ਯਾਦ ਹੈ ਹਾਂ ਉੱਥੇ ਕੀ ਨਾਂ ਸੀ ਉਹਦਾ ਕੇਸਰ ਸਿੰਘ ਕੇਸਰ ਅੱਛਾ ਜਦੋਂ ਗਏ ਆ ਜਦੋਂ ਜਾੜੇ ਪੈ ਗਏ ਇੱਥੋਂ ਹਾਂ ਠੀਕ ਠੀਕ ਚਲੇ ਜਾਂਦੇ ਨਾ ਵੱਢ ਕੱਟਾੜੀ ਚਲੇ ਗਏ ਠੀਕ ਠਾਕ ਬਿਲਕੁਲ ਸਵਾਜਪੁਰੇ ਕੈਂਪ ਲੱਗਾ ਅੱਛਾ ਜੀ ਅਸੀਂ ਖੁਦ ਉਹਨਾਂ ਨੂੰ ਛੱਡ ਕੇ ਆਏ ਹਾਂ ਉੱਥੇ ਸਵਾਜਪੁਰ ਗੱਡੇ ਉਹਨਾਂ ਜੋੜੇ ਦੋ ਤਿੰਨ ਗੱਡੇ ਇੱਕ ਇੱਕ ਘਰ ਉਹਨਾਂ ਦੇ ਜੋੜ ਕੇ ਖੜੇ ਅੱਛਾ ਜੀ ਉੱਥੇ ਆਟਾ ਖਾਣਾ ਦਾਣਾ ਉਹਦਾ ਪਰਾ ਉਹਨਾਂ ਦਾ
ਲੈ ਕੇ ਗਏ ਜਿੱਥੇ ਰਹਿਤਾ ਦਸ ਦਿਨ ਸੁਭਾਸ਼ਪੁਰ ਸੁਭਾਸ਼ਪੁਰ ਖਾਣ ਪੀਣ ਖੜਿਆ ਬਾਕੀ ਮਾਲ ਡੰਗਰ ਜਿਹੜਾ ਵਾ ਮਾਲ ਡੰਗਰ ਕੋਈ ਜਿਹੜਾ ਕੁਝ ਲੈ ਗਏ ਮਾਲ ਡੰਗਰ ਨੀ ਉਹਨੇ ਛੱਡਿਆ ਆਪਣਾ ਕਾ ਕਿਸੇ ਕਣਕ ਚਾਰ ਬੋਰੀਆਂ ਰਹਿ ਗਈ ਕਿਸੇ ਕੋਈ ਪੇਟੀਆਂ ਪੂਟੀਆਂ ਮੰਜੇ ਮੁੰਜੇ ਉਹ ਰਹਿ ਗਏ ਅੱਛਾ ਹੁਣ ਜਿੱਥੇ ਗੁਰਦੁਆਰਾ ਸੀ ਉਹ ਜਗ੍ਹਾ ਵਿਖਾ ਦਿਓ ਸਾਨੂੰ ਹੈਂ ਕਿੱਥੇ ਸੀ ਗੁਰਦੁਆਰਾ ਜਗ੍ਹਾ ਵਿਖਾ ਦਿਓਗੇ ਚਲੋ ਆਪਾਂ ਵੀਡੀਓ ਵੀ ਬਣਾਉਂਦੇ ਹਾਂ ਤ੍ਰੇਠ ਮਹਿਤੇ ਦੀ ਲੈ ਕੇ ਚੱਲਦੇ ਹਾਂ ਤੁਹਾਨੂੰ ਪਿੰਡ ਮਹਿਤੇ